ਬਾਦਲ ਪਰਿਵਾਰ ਜਿਹੜਾ ਨਾਗ ਵਾਲ ਪਾ ਕੇ ਬੈਠਾ, ਅਜਗਰ ਸੱਪ ਦੀ ਤਰ੍ਹਾਂ ਵੱਡੇ ਵੱਡੇ ਸਾਡੇ ਲੀਡਰ ਖਾ ਗਿਆ, ਤੋ ਸਾਹ ਘੁੱਟ ਕੇ ਮਾਰਤੇ ਉਹਨੇ ਅਤੇ ਇੱਕ ਪਰਿਵਾਰ ਨੂੰ ਅੱਗੇ ਲੈ ਆਉਂਦਾ। ਮੈਂ ਮਾਝੇ ਦੇ ਗਿਣਾਂ ਅਤੇ ਲਾਲਪੁਰਾ ਉਬੋ ਕੇ ਸੁਖਜਿੰਦਰ ਸਿੰਘ ਜੀ, ਦੁਆਬੇ ਦੇ ਕੁਲਦੀਪ ਸਿੰਘ ਵਡਾਲਾ, ਟੌੜਾ, ਤਲਵੰਡੀ, ਬਰਨਾਲਾ, ਤੋ ਇਹਨਾਂ ਨੂੰ ਮਾਰ ਕੇ ਅਤੇ ਲਿਆਂਦਾ ਸਾਲਾ ਪੁੱਤਰ ਦਾ, ਲਿਆਂਦਾ ਜਵਾਈ। ਤੋ ਇਹ ਭਰਾ ਭਤੀਜੇ ਇਹ ਪਰਿਵਾਰ ਪਾਲ ਕੇ ਅਤੇ ਜਿਹੜਾ ਹੁਣ ਸੁੱਖ ਲੈ ਰਿਹਾ ਉਹ ਤੁਹਾਡੇ ਸਾਹਮਣੇ ਹੀ ਆ, ਪਰ ਕੌਮ ਦਾ ਬੇੜਾ ਗਰਕ ਕਰ ਗਿਆ। ਕੁਦਰਤੀ ਆ, ਉਹ ਕੁਦਰਤੀ ਆ, ਉਹ ਕੁਦਰਤੀ, ਉੱਧਰ ਪਰਿਵਾਰ ਰਹਿ ਜਾਣਾ ਇਕੱਲਾ, ਉੱਧਰ ਪੁੱਤਰ ਧੀਆਂ ਰਹਿ ਜਾਣੇ ਆ, ਪੰਥ ਇੱਧਰ ਹੀ ਆਊਗਾ। ਮੈਂ ਸਮਰਥਨ, ਦੇਖੋ ਜੀ, ਮੈਂ ਤਾਂ ਕਹਿੰਦਾ ਵੀ ਸਾਰੇ ਜਿੰਨੇ ਵੀ ਦਲ ਹੈਗੇ ਆ ਨਾ, ਉਹ ਮਿਲ ਕੇ ਅਤੇ ਗੁਰੂ ਦੇ ਸਿੱਖ ਬਣ ਕੇ ਅਤੇ ਆਪਾਂ ਕਮੇਟੀ ਲੈ ਲਈਏ, ਅਤੇ ਜਿਹੜੀ ਧਾਰਮਿਕ ਸੇਵਾ ਉਹ ਸਾਨੂੰ ਦੇ ਦਿਓ, ਤੁਸੀਂ ਰਾਜਨੀਤੀ ਆਪਣੀ ਕਰਦੇ ਰਹੋ ਜੀ। ਸਮਰਥਨ ਅਸੀਂ ਤਾਂ ਮੰਨੇ ਬੈਠੇ, ਸਾਡੀਆਂ ਤਿੰਨ ਸੰਸਥਾਵਾਂ ਨੇ, ਕਾਲ ਤਖ਼ਤ, ਅਕਾਲੀ ਦਲ ਅਤੇ ਕਮੇਟੀ। ਉਹ ਅਕਾਲੀ ਦਲ ਨੂੰ ਕਮਾਂਡ ਦਿੱਤੀ ਸੀ, ਉਹ ਕਮੇਟੀ ਵੀ ਖਾ ਗਿਆ ਅਤੇ ਕਾਲ ਤਖ਼ਤ ਵੀ ਖਾ ਗਿਆ। ਹੁਣ ਤਾਂ ਸਾਡੇ ਸਾਹਮਣੇ ਇੱਕੋ ਹੀ ਮਸਲਾ ਵੀ ਅਸੀਂ ਆਪਣੇ ਸਿਧਾਂਤ ਕਿਵੇਂ ਬਚਾਉਣੇ। ਰਾਜਨੀਤੀ ਸਾਡਾ ਕੋਈ ਇੰਟਰਸਟ ਹੁੰਦਾ ਤਾਂ ਮੈਂ ਵੀ ਮਿਨਿਸਟਰ ਆ, ਉਹ ਖਾਧੀ ਕਿਉਂ ਰੱਖੀ, ਰਹਿਣ ਹੀ ਨਹੀਂ ਕੁਛ ਦਿੱਤਾ। ਗੋਲਕ ਜਿਹੜੀ ਆ ਇਹ ਤਕਰੀਬਨ ਮੈਨੂੰ ਲੱਗਦਾ ਜਦੋਂ ਤੁਸੀਂ ਇਮਾਨਦਾਰੀ ਨਾਲ ਗਿਣੋਗੇ ਇਹ ਤੋਂ ਡਬਲ ਨਿਕਲੂਗੀ ਜਿੰਨੀ ਅੱਜ ਗਿਣਦੇ ਪਏ। ਤੋ ਗੋਲਕ ਜਿਹੜੀ ਆ ਗਿੰਨੀ ਬੁੱਕ ਦੇ ਵਿੱਚ ਹੀ 1 ਲੱਖ ਬੰਦਾ ਜਿਹੜਾ ਮੱਥਾ ਟੇਕਦਾ, ਕਈ ਸਾਲ ਪਹਿਲਾਂ ਦਾ ਲਿਖਿਆ, ਅਤੇ ਆ ਛੁੱਟੀਆਂ 'ਚ 2 ਲੱਖ ਦੀ ਆਮਦ ਆ, ਅਤੇ ਇਹ 1.25 ਕਰੋੜ ਦੀ ਰੋਜ਼ ਦੀ ਗੋਲਕ ਹਰਿਮੰਦਰ ਸਾਹਿਬ ਦੀ ਆ, ਅਤੇ ਹਰਿਮੰਦਰ ਸਾਹਿਬ 'ਚ 1 ਨਹੀਂ 3 ਗੋਲਕਾਂ ਅਤੇ ਅੰਦਰ ਆ, ਅਤੇ 20 ਗੋਲਕਾਂ ਇਹਦੇ ਕੰਪਲੈਕਸ ਦੇ ਵਿੱਚ ਨੇ, ਹੋਰ ਨੇ ਇਹ 20 ਗੋਲਕਾਂ ਜਿਹੜੀਆਂ ਰੋਜ਼ ਦੀਆਂ, ਰੋਜ਼ ਲੋਕ ਮੱਥਾ ਟੇਕਦੇ ਜਿੱਥੇ ਉੱਥੇ ਪਈਆਂ ਨੇ, ਅਤੇ ਇਹ 1.25 ਕਰੋੜ ਘੱਟੋ ਘੱਟ ਮੈਂ ਦੱਸਿਆ ਰੋਜ਼ ਦਾ, 1.25 ਕਰੋੜ ਤੋਂ ਜ਼ਿਆਦਾ ਪ੍ਰਸ਼ਾਦ ਦੀ ਇਨਕਮ ਆ। ਬਾਬਾ ਦੀਪ ਸਿੰਘ ਜੀ ਦੀ ਵੀ ਇੰਨੀ ਆ, ਉਹ ਸ਼ਹੀਦ ਗੰਜ ਦੀ ਵੀ ਅਤੇ ਪ੍ਰਸ਼ਾਦ ਦੀ ਵੀ, ਤੋ 2.5 ਕਰੋੜ 2.5 ਕਰੋੜ 5 ਕਰੋੜ ਤਾਂ ਇੱਕ ਦਿਨ ਦਾ ਬਣ ਜਾਂਦਾ 2 ਗੁਰਦੁਆਰਿਆਂ ਦਾ, ਅਤੇ 78 ਗੁਰਦੁਆਰੇ ਹੋਰ ਨੇ ਜਿਹੜੇ ਸਿੱਧੇ ਹੀ ਪ੍ਰਬੰਧਕ ਕਮੇਟੀ ਦੇ ਅੰਡਰ ਆਉਂਦੇ ਨੇ। ਤੋ 78 ਗੁਰਦੁਆਰਿਆਂ ਤੋਂ 401 ਗੁਰਦੁਆਰਾ ਉਹ ਆ ਜਿਹੜਾ ਇਸ ਤਰ੍ਹਾਂ ਇਤਿਹਾਸਕ ਆ, ਪਰ ਲੋਕਲ ਕਮੇਟੀਆਂ ਨੇ, ਪਰ ਇੱਥੋਂ ਦੀ ਗੋਲਕ ਜਿਹੜੀ ਉਹ ਪ੍ਰਬੰਧਕ ਕਮੇਟੀ ਦਾ ਇੰਸਪੈਕਟਰ ਖੋਲ੍ਹਦਾ, ਇਹ ਦਸਵੰਧ ਲੈ ਕੇ ਜਾਂਦੇ, ਇਹ ਕਿੱਥੇ ਜਾਂਦਾ 401 ਗੁਰਦੁਆਰੇ ਦਾ, 20,000 ਏਕੜ ਜ਼ਮੀਨਾਂ ਦੀ ਆਮਦਨ ਕਿੱਥੇ ਜਾਂਦੀ ਆ, ਮਾਰਕੀਟਾਂ ਦੇ ਕਿਰਾਏ ਕਿੱਥੇ ਜਾਂਦੇ ਨੇ, ਜਿਹੜੀ ਡੋਨੇਸ਼ਨ ਆਉਂਦੀ ਉਹ ਕਿੱਥੇ ਜਾਂਦੀ ਆ, ਅਤੇ ਫਿਰ ਇਹ ਕਹਿੰਦੇ ਆ ਸਾਡਾ ਬਚਿਆ ਕੁਛ ਨਹੀਂ ਗਾ। ਤੋ ਇਹ ਕੋਈ ਮੰਨ ਸਕਦਾ ਇਸ ਗੱਲ ਨੂੰ ਵੀ ਸਾਡੇ ਈਸਾਈ ਭਰਾ ਨੇ ਉਹਨਾਂ ਦੇ ਗਿਰਜੇ ਇੱਥੇ ਮੱਥਾ ਟੇਕਦੇ ਨੇ, ਜਿਹੜੇ ਗਿਰਜੇ ਚੱਲਦੇ ਨੇ ਇੱਥੇ, ਗਿਰਜਿਆਂ ਦੇ ਵਿੱਚ ਆਮਦਨ ਆਉਂਦੀ ਆ, ਉਹ ਆਪਣੀ ਕਮਾਈ ਵੀ ਕਰਦੇ ਆ, ਬੱਚਿਆਂ ਨੂੰ ਵੀ ਪੜ੍ਹਾਉਂਦੇ ਆ। ਤੋ ਸਾਡੇ ਪੰਜਾਬ ਦੀ ਬਾਰਡਰ ਬੈਲਟ 'ਤੇ ਸਿੱਖ ਬੱਚਿਆਂ ਨੂੰ ਵੀ ਵਜ਼ੀਫੇ ਵੀ ਦਿੰਦੇ ਆ, ਪੜ੍ਹਾਈ ਲਈ ਫੀਸਾਂ ਵੀ ਮਾਫ਼ ਕਰਦੇ ਆ। ਤੋ ਸਾਡੀ ਢਿੱਡ ਪੀੜ ਹੁੰਦੀ ਹੈ ਕਿ ਸਾਡਾ ਧਰਮ ਬਦਲਿਆ ਹੋਇਆ।